ਤੁਹਾਡੇ ਹਸਬੰਡ ਦੀ ਜਿਹੜੀ ਸੁਸਾਈਡ ਉਹਦੇ ਬਾਰੇ ਤੁਹਾਡੇ ਸਰ ਉਹ ਸੁਸਾਈਡ ਨਹੀਂ ਕਰ ਸਕਦਾ ਇਹ ਮੈਨੂੰ ਕਾਲੀਆਂ ਨੂੰ ਸਾਡੇ ਨਾਲ ਗੱਲਬਾਤ ਨਹੀਂ ਸੀ ਕਰਨ ਦਿੰਦੀ 12 ਸਾਲ ਤੋਂ ਉਹਨੇ ਨੇ ਆਪਣੇ ਨਾਲ ਰੱਖਿਆ ਸੀ ਫੋਨ 'ਤੇ ਚੋਰੀ ਛੁਪੇ ਸਾਡੇ ਨਾਲ ਗੱਲਬਾਤ ਕਰਦਾ ਸੀ 27 ਤਰੀਕ ਨੂੰ ਬੇਟੇ ਨਾਲ ਗੱਲ ਹੋਈ ਬੇਟੀ ਨਾਲ ਗੱਲ ਹੋਈ ਉਹ ਸੁਸਾਈਡ ਨਹੀਂ ਕਰ ਸਕਦਾ ਇਹ ਝੂਠ ਬੋਲਦੀ ਆ ਇਹਨੇ ਉਹਦਾ ਕਤਲ ਕੀਤਾ ਉਹ ਮਾਰੀ ਨਹੀਂ ਸਕਦਾ ਤੁਹਾਡੇ ਜਿਹੜੇ ਹਸਬੰਡ ਸੀਗੇ ਉਹ ਇਹਨਾਂ ਕੋਲ ਰਹਿੰਦੇ ਸੀਗੇ ਹਾਂਜੀ ਮੈਨੂੰ ਕਾਲੀਆ ਕੋਲ ਹਾਂਜੀ ਨਜਾਇਜ਼ ਅਤੇ ਤੁਹਾਡੀ ਫੋਨ 'ਤੇ ਉਹ ਗੱਲ ਹੁੰਦੀ ਸੀ ਕੀ ਕਹਿੰਦੇ ਸੀ ਤੁਹਾਨੂੰ ਸਰ ਬੱਚਿਆਂ ਨੂੰ ਕਹਿੰਦਾ ਸੀ ਮੈਨੂੰ ਕਹਿੰਦਾ ਸੀ ਕਿ ਮੈਂ ਫਸ ਗਿਆ ਵਾਂ ਮੈਂ ਬਹੁਤ ਬੁਰਾ ਫਸ ਗਿਆ ਮੈਨੂੰ ਬਹੁਤ ਤੰਗ ਕਰਦੀ ਮੇਰੇ ਨਾਲ ਲੜਾਈਆਂ ਝਗੜੇ ਕਰਦੀ ਤੁਹਾਡੇ ਨਾਲ ਮਿਲਣ ਨਹੀਂ ਦਿੰਦੀ ਮੈਂ ਫਸ ਚੁੱਕਿਆ ਵਾਂ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੇਰਾ ਇਨਸਾਫ ਕਰੋ ਮੇਰੇ ਬੱਚਿਆਂ ਦਾ ਮੇਰੇ ਆਦਮੀ ਦਾ ਇਹਨਾਂ ਨੂੰ ਮਾਰਦਾ ਵਾ ਇਹਨਾਂ ਨੂੰ ਮਾਰ ਦਿੱਤਾ ਵਾ ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਸ ਲੀਗ ਸਾਡੇ ਧਿਆਨ ਦੇ ਵਿੱਚ ਅੱਜ ਆਇਆ ਕਿ ਸਾਡੇ ਭੈਣ ਜੀ ਹੁਣੀ ਇੱਕ ਆਏ ਨੇ ਇਹ ਅੰਮ੍ਰਿਤਸਰ ਤੋਂ ਨੇ ਇਹਨਾਂ ਦੇ ਹਸਬੰਡ ਜਿਹੜੇ ਸੀਗੇ ਉਹ ਇੱਥੇ 8-9 ਸਾਲ ਤੋਂ ਨਜਾਇਜ਼ ਕਿਸੇ ਲੇਡੀ ਦੇ ਨਾਲ ਰਹਿ ਰਹੇ ਸੀ ਔਰ ਰਾਤੀ ਜਿਹੜੀ ਆ ਉਹਨਾਂ ਦੀ ਮਤਲਬ ਮੁਤਾਬਕ ਉਹਨਾਂ ਦੇ ਪਰਿਵਾਰ ਦੇ ਜਿਹੜੇ ਜਿੱਥੇ ਉਹ ਰਹਿੰਦੇ ਸੀ ਕਹਿਣ ਦੇ ਵੀ 12:30 ਵਜੇ ਉਹਨਾਂ ਨੇ ਸੁਸਾਈਡ ਕਰ ਲਿਆ ਅਤੇ ਜਦਕਿ ਪਰਿਵਾਰਕ ਜਿਹੜਾ ਮੈਂਬਰ ਹੈਗੇ ਆ ਇਹਨਾਂ ਦਾ ਬੇਟਾ ਉਸ ਆਦਮੀ ਦਾ ਸੁਰਜੀਤ ਸਿੰਘ ਦਾ ਔਰ ਬੇਟੀ ਆ ਉਹਨਾਂ ਦੇ ਮੁਤਾਬਕ ਇਹ ਆ ਕਿ ਉਹ ਇਹਨਾਂ ਨੂੰ ਫੋਨ ਕਰਦੇ ਸੀਗੇ ਅਤੇ ਜਿਹੜੀ ਆ ਲੇਡੀ ਸੀਗੀ ਮੀਨੂ ਕਾਲੀਆ ਉਹਨੂੰ ਮਤਲਬ ਇਹਨਾਂ ਦੇ ਘਰਦਿਆਂ ਤੋਂ ਫੋਨ ਕਰਨ ਤੋਂ ਰੋਕਦੀ ਸੀ ਬੜਾ ਪ੍ਰੈਸ਼ਰਾਈਜ਼ ਕਰਦੀ ਸੀਗੀ ਉਹ ਜਿਹਦੇ ਕਰਕੇ ਮੇ ਬੀ ਉਹਨਾਂ ਨੇ ਸਟੈਪ ਲਿਆ ਆ ਸੁਸਾਈਡ ਦਾ ਵਾ ਜਾਂ ਉਹਨੂੰ ਮਰਨ 'ਤੇ ਮਜਬੂਰ ਕਰ ਦਿੱਤਾ ਇੱਦਾਂ ਦੀਆਂ ਗੱਲਾਂ ਕਰਕੇ ਉਹਦੇ ਮੁਤਲਕ ਅਸੀਂ ਥਾਣਾ ਲਾਂਬੜਾ ਆਏ ਸੀਗੇ ਮੇਰੀ SHO ਸਾਹਿਬ ਦੇ ਨਾਲ ਵੀ ਗੱਲ ਹੋਈ ਔਰ ਡਿਪਟੀ ਸਾਹਿਬ ਦੇ ਨਾਲ ਵੀ ਗੱਲ ਹੋਈ ਆ ਔਰ ਡਿਪਟੀ ਸਾਹਿਬ ਨੇ ਇਹ ਚੀਜ਼ ਕਹੀ ਆ ਕਿ ਆਪਾਂ ਮਤਲਬ ਉਹਨਾਂ ਦੀ ਕੌਜ਼ ਆਫ ਡੈਥ ਦੇਖ ਲਈਏ ਲੇਕਿਨ ਕੌਜ਼ ਆਫ ਡੈਥ ਦੇ ਵਿੱਚ ਅਗਰ ਚਲੋ ਸੁਸਾਈਡ ਵੀ ਆਉਂਦਾ ਲੇਕਿਨ ਉਹ ਜਿਹੜਾ ਕਾਰਨ ਬਣਿਆ ਮੌਤ ਦਾ ਉਹ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਵਾ ਵੀ ਜਿਹਦੇ ਕਰਕੇ ਇੱਕ ਆਦਮੀ ਇੰਨਾ ਦਲੇਰ ਔਰ ਇੱਕ 6-7 ਫੁੱਟ ਦਾ ਬੰਦਾ ਜਿਹੜਾ ਇਹੋ ਜਿਹਾ ਸਟੈਪ ਚੱਕ ਲਿਆ ਉਹਨੇ ਉਹ ਕਿਹੜਾ ਪ੍ਰੈਸ਼ਰ ਅਤੇ ਕਿਹੜੇ ਸਿਸਟਮ ਦੇ ਵਿੱਚ ਉਹਨੇ ਕੀਤਾ ਗਿਆ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਮੰਗ ਕਰਦੇ ਹਾਂ ਕਿ ਜੋ ਇਹ ਪੀੜਤ ਪਰਿਵਾਰ ਹੈਗਾ ਵਾ ਇਹਨੂੰ ਪ੍ਰੋਪਰ ਇਨਸਾਫ ਮਿਲੇ ਕਿ ਅਗਰ ਇੱਕ ਉਹਦੀ ਜਵਾਨ ਬੇਟੀ ਹੈਗੀ ਆ 16-17 ਸਾਲ ਦੀ ਬੇਟੀ 18 ਸਾਲ ਦਾ ਬੇਟਾ ਆ ਇਸ ਪੀੜਿਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਅਤੇ ਜਿਹੜੀ ਅਗਰ ਉਸ ਲੇਡੀ ਨੇ ਉਹਨੂੰ ਇੱਦਾਂ ਦਾ ਉਕਸਾਇਆ ਆ ਮਤਲਬ ਸੁਸਾਈਡ ਕਰਨ 'ਤੇ ਅਤੇ ਉਹਦੇ ਖਿਲਾਫ਼ ਜਿਹੜੀ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਥਾਣਾ ਲਾਂਬੜਾ ਨੂੰ ਇੱਕ ਸੂਚਨਾ ਮਿਲੀ ਸੀ ਕੰਟਰੋਲ ਰੂਮ ਤੋਂ ਕਿ ਸੁਰਜੀਤ ਸਿੰਘ ਸਨ ਆਫ ਕਸ਼ਮੀਰ ਸਿੰਘ ਵਾਸੀ ਟਾਵਰ ਇਨਕਲੇਵ ਫੇਜ਼ 3 ਬਡਾਲਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਕਰੀਬ 39 ਸਾਲ ਸੀ ਜਿਸ ਨੇ ਬੀਤੀ ਰਾਤ 11:30-12 ਵਜੇ ਦੇ ਕਰੀਬ ਆਪਣੇ ਘਰ ਵਿੱਚ ਹੀ ਪੱਖੇ ਨਾਲ ਚੁੰਨੀ ਬੰਨ੍ਹ ਕੇ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ ਜਿਸ 'ਤੇ ਮੈਂ ਅਤੇ ਮੇਰੇ ਨਾਲ ASI ਬਲਜਿੰਦਰ ਸਿੰਘ ਮੌਕੇ 'ਤੇ ਪਹੁੰਚੇ ਸੀ ਪਹੁੰਚ ਕੇ ਸਾਰੀ ਤਹਿਕੀਕਾਤ ਕੀਤੀ ਹੈ ਜਿਸ ਦੀ ਵਾਈਫ ਜਿਹੜੀ ਉਹਦੀ ਸਟੈਪ ਵਾਈਫ ਸੀ ਮੀਨੂ ਕਾਲੀਆ ਡਾਟਰ ਆਫ ਰਾਮ ਲਭਾਇਆ ਵਾਸੀ 188 ਟਾਵਰ ਇਨਕਲੇਵ ਫੇਜ਼ 3 ਜਿਸ ਵਿੱਚੋਂ ਇਹਦੀ 6 ਸਾਲ ਦੀ ਬੇਟੀ ਹੈ ਔਰ ਇਹਦਾ ਪਹਿਲਾਂ ਵੀ ਸ਼ਾਦੀ ਹੋਈ ਸੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਇਹ ਥਾਣਾ ਮਜੀਠਾ ਏਰੀਏ ਦੇ ਵਿੱਚ ਇਹਦਾ ਪਿੰਡ ਪੈਂਦਾ ਸੀ ਅਤੇ ਜਿਸ ਦੀ ਪਹਿਲੀ ਪਤਨੀ ਡਿੰਪਲ ਅਤੇ ਲੜਕਾ ਨੀਰਜ ਅਤੇ ਇੱਕ ਲੜਕੀ ਵੀ ਆਏ ਸਨ ਜੋ ਇਹ ਹੁਣ ਕਰੀਬ 14-15 ਸਾਲ ਤੋਂ ਜਲੰਧਰ ਵਿਖੇ ਰਹਿੰਦਾ ਸੀ ਅਤੇ ਪਹਿਲਾਂ ਇਹ ਇੱਕ ਰੈਸਟੋਰੈਂਟ ਲੈ ਕੇ ਲੀਜ਼ 'ਤੇ ਚਲਾਉਂਦਾ ਸੀ ਜੋ ਕਰੋਨਾ ਕਾਲ ਦੇ ਦੌਰਾਨ ਬੰਦ ਹੋ ਗਿਆ ਸੀ ਹੁਣ ਇਹ ਅੱਜ ਕੱਲ੍ਹ ਕਿਸੇ ਪ੍ਰਾਈਵੇਟ ਬੈਂਕ ਦੇ ਨਾਲ ਜੋ ਲੋਨ ਦੀ ਰਿਕਵਰੀ ਕਰਦੇ ਉਹਦੇ ਵਿੱਚ ਡਿਊਟੀ ਕਰਦਾ ਸੀ ਸਰ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਇਹ ਫਿਲਹਾਲ ਤਾਂ ਮੌਤ ਦੇ ਕਾਰਨਾਂ ਦਾ ਪਤਾ ਜਿਹੜਾ ਆ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਜੋ ਪ੍ਰਤੱਖ ਤੌਰ 'ਤੇ ਤਾਂ ਇਹਨੇ ਆਪਣੀ ਹੈਂਗਿੰਗ ਨਾਲ ਖੁਦਕੁਸ਼ੀ ਕੀਤੀ ਹੈ ਔਰ ਇਹ ਬੀਤੀ ਰਾਤ ਆਪਣੀ ਬੇਟੀ 6 ਸਾਲ ਦੀ ਸੀ ਉਹਨੂੰ ਹੱਸਦੇ ਖੇਡਦੇ ਚਪੇੜ ਮਾਰ ਬੈਠਾ ਸੀ ਉਸ ਤੋਂ ਬਾਅਦ ਉਹ ਬੇਟੀ ਸਹਿਮ ਗਈ ਸੀ ਜ਼ਿਆਦਾ ਅਤੇ ਇਹ ਪਛਤਾਵਾ ਕਰ ਰਿਹਾ ਸੀ ਉਸ ਅਤੇ ਇਹ ਆਪਣੇ IPL ਦਾ ਮੈਚ ਵੇਖ ਰਿਹਾ ਸੀ ਲੌਬੀ ਵਿੱਚ ਬੈਠਾ ਇਹਦੀ ਵਾਈਫ ਜਿਹੜੀ ਆ ਉਹ ਬੇਟੀ ਨੂੰ ਲੈ ਕੇ ਸਲਾ ਰਹੀ ਸੀ ਉਹਦੇ ਦੌਰਾਨ ਹੀ ਇਹਨੇ ਇਹਦੇ ਮਨ ਵਿੱਚ ਪਤਾ ਨਹੀਂ ਕੀ ਕੋਈ ਗਹਿਰੀ ਸੱਟ ਵੱਜੀ ਆ ਕਿ ਮੈਂ ਬੇਟੀ ਨੂੰ ਕਿਉਂ ਚਪੇੜ ਮਾਰ ਬੈਠਾ ਹਾਂ ਅਤੇ ਇਹਨੇ ਉਸ ਨਾਲ ਜਿਹੜੀ ਆ ਹੈਂਗਿੰਗ ਕਰਕੇ ਆਪਣੀ ਜਿਹੜੀ ਆ ਖੁਦਕੁਸ਼ੀ ਕਰ ਲਈ ਸਰ ਜਿਸ ਤਰ੍ਹਾਂ ਜਿਹੜੀ ਪਹਿਲੀ ਪਤਨੀ ਆ ਉਹਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਨਾਂ ਬਾਰੇ ਉਹਨਾਂ ਨੇ ਦੱਸਿਆ ਜੀ ਕਿ ਪਤਾ ਲੱਗਾ ਇਹ 15 ਸਾਲ ਤੋਂ ਅਤੇ ਉਹਦੇ ਨਾਲ ਕੱਟ ਆਫ ਹੀ ਸੀ
वो पेंड रेंदे सी इत्थे जलंधर रहिंदा सी ते उन्हां दी पहला किसे भी किसी तरह की कोई कंप्लेंट नहीं इत्थे होई। असी 174 की कार्रवाई करके पोस्टमार्टम करा के डेड बॉडी उन्होंने वारसा के हवाले कर दी आ जो हूँ दोनों इन दिन पत्नियां सांझे तौर पर अंतम संस्कार करने शमशान घाट लैके जा रहे हैं वो डेड बॉडी।